ਅੱਜ ਤੋਂ 3 ਸਾਲ ਪਹਿਲਾਂ 4 ਸਾਲ ਪਹਿਲਾਂ ਮੈਂ ਮਿਊਜ਼ਿਕ ਸਟਾਰਟ ਕੀਤਾ ਸੀ ਅਤੇ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਆਸ਼ੀਰਵਾਦ ਸਦਕਾ ਅੱਜ ਮੈਨੂੰ ਇਹ ਮੁਕਾਮ ਮਿਲਿਆ ਕਿ ਸਾਰੀ ਦੁਨੀਆ ਦੇ ਉੱਤੇ ਆਪਣੇ ਪੰਜਾਬੀਆਂ ਦਾ ਨਾਮ ਰੋਸ਼ਨ ਹੋਇਆ। ਪੰਜਾਬੀ ਮਿਊਜ਼ਿਕ ਦਾ ਜਿਹਨੂੰ ਕਿ ਇੱਕ ਰੀਜਨਲ ਲੈਂਗੁਏਜ ਦੱਸਿਆ ਜਾਂਦਾ ਸੀ ਅਤੇ ਅੱਜ 4 ਸਾਲਾਂ ਬਾਅਦ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਸਟੈਪ ਲੈਣ ਜਾ ਰਿਹਾ ਅਤੇ ਇੱਕ ਨਵਾਂ ਕਿੱਤਾ, ਇੱਕ ਨਵੀਂ ਦੁਨੀਆ ਜਿਹਦੇ ਵਿੱਚ ਮੈਂ ਯਾਨੀ ਕਿ ਮੇਰੀ ਸ਼ੁਰੂਆਤ ਹੈ। ਅਤੇ ਮੈਂ ਸਿਰਫ ਮੇਰਾ ਕੋਈ ਜ਼ਿਆਦਾ ਲੰਮਾ ਚੌੜਾ ਇਸ ਕਦੇ ਮੇਰਾ ਇੱਧਰ ਰੁਝਾਨ ਵੀ ਨਹੀਂ ਸੀਗਾ ਕਿਉਂਕਿ ਮੈਂ ਮਿਊਜ਼ਿਕ ਜਿੰਨੇ ਬੰਦੇ ਮਿਊਜ਼ਿਕ ਕਰਨ ਵਾਲੇ ਹੁੰਦੇ ਉਹਨਾਂ ਦੀ ਯਾਨੀ ਕਿ ਦੁਨੀਆ ਕੁਛ ਹੋਰ ਹੁੰਦੀ ਹੈ, ਪਰ ਮੇਰਾ ਸ਼ੁਰੂ ਤੋਂ ਲਗਾਅ ਪਿੰਡ ਨਾਲ ਰਿਹਾ। ਅਸੀਂ ਆਮ ਪਰਿਵਾਰਾਂ 'ਚ ਉੱਠੇ ਹੋਏ ਲੋਕ ਹਾਂ, ਠੀਕ ਹੈ ਜੀ। ਮੇਰੇ ਫਾਦਰ ਸਾਹਿਬ ਨੇ ਐਕਸ ਆਰਮੀ ਮੈਨ ਨੇ ਅਤੇ ਮਾਤਾ ਮੇਰੇ ਯਾਨੀ ਕਿ ਹਾਲੇ ਵੀ ਅਸੀਂ ਚਾਹੇ ਪਰਮਾਤਮਾ ਨੇ ਬਹੁਤ ਤਰੱਕੀ ਦਿੱਤੀ, ਅਸੀਂ ਉਸੇ ਪਿੰਡ 'ਚ ਉਸੇ ਘਰ 'ਚ ਰਹਿ ਰਹੇ ਹਾਂ। ਅਤੇ ਜਦੋਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ, ਜਦੋਂ ਕਿਸੇ ਆਮ ਘਰਾਣੇ ਦੇ ਵਿੱਚੋਂ, ਆਮ ਪਿੰਡਾਂ ਦੇ ਵਿੱਚੋਂ ਕਿਸੇ ਬੱਚੇ ਦਾ ਨਾਮ ਹੁੰਦਾ ਹੈ ਤਾਂ ਆਸੇ ਪਾਸੇ ਦੇ ਜਿਹੜੇ ਲੋਕ ਹੁੰਦੇ ਆ ਉਹਦੇ ਤੋਂ ਐਕਸਪੈਕਟੇਸ਼ਨਸ ਕਰਨ ਲੱਗ ਜਾਂਦੇ ਆ ਵੀ ਜੇ ਸਾਡਾ ਜਵਾਕ ਦਾ ਨਾਮ ਹੋਇਆ ਤਾਂ ਯਾਰ ਇਹ ਕਿਤੇ ਨਾ ਕਿਤੇ ਸਾਡੀ ਹੈਲਪ ਕਰੇ ਜਾਂ ਸਾਡੇ ਨਾਲ ਹੋਵੇ। ਅਤੇ ਮੇਰੇ ਨਾਲ ਘੱਟੋ ਘੱਟ ਮੈਂ ਕਹਿੰਦਾ ਵੀ ਸਾਡਾ ਮਾਨਸਾ ਏਰੀਆ, ਮਾਨਸਾ ਬਠਿੰਡਾ ਯਾਨੀ ਕਿ ਮੇਰੇ ਨਾਲ ਇੱਕ ਤਰੀਕੇ ਨਾਲ ਅਟੈਚਡ ਹੈ, ਜਿਸ ਤਰੀਕੇ ਨਾਲ ਉਹ ਯਾਨੀ ਕਿ ਉਹਨਾਂ ਦਾ ਪਿਆਰ ਅਤੇ ਉਹਨਾਂ ਦੀਆਂ ਦੁਆਵਾਂ ਅਤੇ ਉਹਨਾਂ ਦੀਆਂ ਆਸਾਂ ਨੇ। ਅਤੇ ਜਦੋਂ ਕਿਤੇ ਵੀ ਅਸੀਂ ਪਿੰਡੋਂ ਬਾਹਰ ਜਾਂਦੇ ਹਾਂ ਜਾਂ ਉਹ ਕਿਤੇ ਜਾਂਦੇ ਨੇ ਤਾਂ ਜਦੋਂ ਕਹਿੰਦੇ ਨੇ ਬਈ ਅਸੀਂ ਮਾਨਸਾ ਤੋਂ ਹਾਂ ਜਾਂ ਬਠਿੰਡੇ ਤੋਂ ਹਾਂ ਤਾਂ ਉਹ ਪ੍ਰਾਊਡ ਮਹਿਸੂਸ ਕਰਦੇ ਨੇ। ਅਤੇ ਕਿਤੇ ਨਾ ਕਿਤੇ ਜਦੋਂ ਕਿਤੇ ਉਸ ਇਲਾਕੇ ਦੇ ਵਿੱਚ ਰਹਿੰਦੇ ਹਾਂ, ਠੀਕ ਹੈ ਨਾ, ਜਦੋਂ ਉੱਥੇ ਵਿਚਰਦੇ ਹਾਂ ਲੋਕਾਂ ਨਾਲ ਤਾਂ ਬਹੁਤ ਚੀਜ਼ਾਂ ਨੇ ਜਿਹੜੀਆਂ ਹਜੇ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਵੀ ਉਹ ਕਿਸ ਚੀਜ਼ਾਂ ਨਾਲ ਉਹ ਜੂਝ ਰਹੇ ਨੇ ਜਾਂ ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕੀ ਪ੍ਰੋਬਲਮਾਂ ਨੇ। ਹੋਰ ਪੰਜਾਬ ਬਹੁਤ ਤਰੱਕੀ ਕਰ ਗਿਆ, ਸਾਰੀ ਦੁਨੀਆ 'ਤੇ ਨਾਮ ਹੈ ਪੰਜਾਬ ਦਾ, ਪਰ ਸਾਡੇ ਮੈਂ ਕਹਿੰਦਾ ਮਾਨਸਾ ਦਾ ਇਸ ਤਰਾਸਦੀ ਹੈ ਵੀ ਉਹ ਕਦੇ ਅੱਗੇ ਨਹੀਂ ਆ ਸਕਿਆ। ਮੇਰਾ ਕੋਈ ਪੋਲੀਟਿਕਸ ਦੇ ਵਿੱਚ ਆਉਣ ਦਾ ਕੋਈ ਲੰਮਾ ਚੌੜਾ ਰੁਝਾਨ ਇਹ ਨਹੀਂ ਹੈਗਾ ਵੀ ਮੈਂ ਕੋਈ ਰੁਤਬੇ ਖਾਤਰ ਜਾਂ ਕੋਈ ਵਾਹਵਾਹੀ ਖਾਤਰ ਇਸ ਫੀਲਡ ਦੇ ਵਿੱਚ ਆ ਰਿਹਾ। ਮੇਰਾ ਸਿਰਫ ਇੱਕੋ ਹੀ ਹੈ ਕਿ ਮੇਰੇ ਨਾਲ ਕੁਛ ਕੁ ਲੋਕ ਜੁੜੇ ਨੇ, ਮੇਰੇ ਨਾਲ ਇੱਕ ਖਿੱਤਾ ਜੁੜਿਆ ਹੋਇਆ ਅਤੇ ਉਹ ਖਿੱਤਾ ਮੇਰੇ ਤੋਂ ਆਸ ਰੱਖਦਾ ਅਤੇ ਸਿਸਟਮ ਦੇ ਵਿੱਚ, ਸਿਸਟਮ ਨੂੰ ਚੇਂਜ ਕਰਨ ਦੇ ਲਈ ਜਾਂ ਸਿਸਟਮ ਦੇ ਵਿੱਚ ਉਹਨੂੰ ਇੰਪਰੂਵ ਕਰਨ ਦੇ ਲਈ ਸਿਸਟਮ ਦਾ ਹਿੱਸਾ ਬਣਨਾ ਬਹੁਤ ਜ਼ਰੂਰੀ ਹੈ। ਅਤੇ ਮੇਰੇ ਲਈ ਸਭ ਤੋਂ ਵੱਡੀ ਜਿਹੜੀ ਉਹ ਯਾਨੀ ਕਿ ਉਹ ਜ਼ਰੂਰਤ ਸੀ ਉਹ ਮੈਂ ਇਸ ਪਾਰਟੀ ਥਰੂ ਯਾਨੀ ਕਿ ਆਪਣੇ ਲੋਕਾਂ ਦੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰ ਰਿਹਾ। ਅਤੇ ਰੀਜ਼ਨ ਇਸ ਪਾਰਟੀ ਦਾ ਕਿ ਮੈਂ ਕਾਂਗਰਸ ਹੀ ਕਿਉਂ ਜੁਆਇਨ ਕੀਤੀ ਉਹਦਾ ਇੱਕ ਬਹੁਤ ਵੱਡਾ ਅਤੇ ਇੱਕ ਖਾਸ ਰੀਜ਼ਨ ਹੈ। ਪਹਿਲੀ ਗੱਲ ਇਹ ਜਿਹੜੀ ਪੰਜਾਬ ਕਾਂਗਰਸ ਹੈ ਜੋ ਕਾਂਗਰਸ ਹੈ ਇਹਦੇ ਵਿੱਚ ਉਹੋ ਜਿਹੇ ਲੋਕ ਨੇ ਜਿਹੜੇ ਆਮ ਘਰਾਂ ਦੇ ਵਿੱਚ ਉੱਠੇ ਹੋਏ ਨੇ। ਫੋਰ ਐਗਜ਼ਾਮਪਲ ਰਾਜਾ ਬਾਈ, ਅੱਜ ਤੋਂ 10 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਇਹਨਾਂ ਦਾ ਬੈਕਗਰਾਊਂਡ ਚੈੱਕ ਕਰੋ ਤੁਸੀਂ ਕਿ ਕਿੱਥੋਂ ਆਏ ਨੇ ਅਤੇ ਕਿਵੇਂ ਸਟਰਗਲ ਕਰਕੇ। ਮੇਨ ਰੀਜ਼ਨ ਇਹ ਹੈ ਵੀ ਇਹਦੇ ਵਿੱਚ ਆਮ ਲੋਕਾਂ ਦੀ ਯਾਨੀ ਕਿ ਕੋਈ ਵੀ ਬੰਦਾ ਜਿਹੜਾ ਮਿਹਨਤ ਕਸ਼ ਆਦਮੀ ਹੈ ਜੋ ਮਿਹਨਤ ਕਰਦਾ ਉਹਦੀ ਆਵਾਜ਼ ਉਹ ਬੁਲੰਦ ਕਰ ਸਕਦਾ ਅਤੇ ਉਹ ਪ੍ਰੋਗਰੈਸ ਕਰ ਸਕਦਾ। ਖਿੱਤਿਆਂ ਤੋਂ ਘਰਾਣਿਆਂ ਤੋਂ ਉੱਪਰ ਉੱਠ ਕੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਆਪਣੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕੀਏ। ਸੋ ਮੇਰਾ ਇਹੀ ਰੀਜ਼ਨ ਸੀ ਇਸ ਚੀਜ਼ ਵਿੱਚ ਆਉਣ ਦਾ। ਅਤੇ ਬਾਕੀ ਮੈਂ ਪੰਜਾਬ ਦੇ ਲੋਕਾਂ ਨੂੰ ਅਤੇ ਦੁਨੀਆ ਜਿੰਨੀ ਵੀ ਮੈਨੂੰ ਪਿਆਰ ਕਰਦੀ ਹਾਂ ਮੈਂ ਉਮੀਦ ਕਰਦਾ ਜਿਵੇਂ ਕਿ ਮੈਨੂੰ ਮਿਊਜ਼ਿਕ ਦੇ ਵਿੱਚ ਤੁਸੀਂ ਆਸ਼ੀਰਵਾਦ ਅਤੇ ਪਿਆਰ ਦਿੱਤਾ ਤਾਂ ਮੈਨੂੰ ਆਸ਼ੀਰਵਾਦ ਦਿਉਂਗੇ ਕਿ ਮੈਂ ਆਮ ਲੋਕਾਂ ਦਾ ਸਹਾਰਾ ਬਣ ਸਕਾਂ। ਸਤਿ ਸ਼੍ਰੀ ਅਕਾਲ। ਅੱਜ ਤੋਂ 3 ਸਾਲ ਪਹਿਲਾਂ 4 ਸਾਲ ਪਹਿਲਾਂ ਮੈਂ ਮਿਊਜ਼ਿਕ ਸਟਾਰਟ ਕੀਤਾ ਸੀ ਅਤੇ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਆਸ਼ੀਰਵਾਦ ਸਦਕਾ ਅੱਜ ਮੈਨੂੰ ਇਹ ਮੁਕਾਮ ਮਿਲਿਆ ਕਿ ਸਾਰੀ ਦੁਨੀਆ ਦੇ ਉੱਤੇ ਆਪਣੇ ਪੰਜਾਬੀਆਂ ਦਾ ਨਾਮ ਰੋਸ਼ਨ ਹੋਇਆ। ਪੰਜਾਬੀ ਮਿਊਜ਼ਿਕ ਦਾ ਜਿਹਨੂੰ ਕਿ ਇੱਕ ਰੀਜਨਲ ਲੈਂਗੁਏਜ ਦੱਸਿਆ ਜਾਂਦਾ ਸੀ ਅਤੇ ਅੱਜ 4 ਸਾਲਾਂ ਬਾਅਦ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਸਟੈਪ ਲੈਣ ਜਾ ਰਿਹਾ ਅਤੇ ਇੱਕ ਨਵਾਂ ਕਿੱਤਾ, ਇੱਕ ਨਵੀਂ ਦੁਨੀਆ ਜਿਹਦੇ ਵਿੱਚ ਮੈਂ ਯਾਨੀ ਕਿ ਮੇਰੀ ਸ਼ੁਰੂਆਤ ਹੈ। ਅਤੇ ਮੈਂ ਸਿਰਫ ਮੇਰਾ ਕੋਈ ਜ਼ਿਆਦਾ ਲੰਮਾ ਚੌੜਾ ਇਸ ਕਦੇ ਮੇਰਾ ਇੱਧਰ ਰੁਝਾਨ ਵੀ ਨਹੀਂ ਸੀਗਾ ਕਿਉਂਕਿ ਮੈਂ ਮਿਊਜ਼ਿਕ ਜਿੰਨੇ ਬੰਦੇ ਮਿਊਜ਼ਿਕ ਕਰਨ ਵਾਲੇ ਹੁੰਦੇ ਆ ਉਹਨਾਂ ਦੀ ਯਾਨੀ ਕਿ ਦੁਨੀਆ ਕੁਛ ਹੋਰ ਹੁੰਦੀ ਹੈ, ਪਰ ਮੇਰਾ ਸ਼ੁਰੂ ਤੋਂ ਲਗਾਅ ਪਿੰਡ ਨਾਲ ਰਿਹਾ। ਅਸੀਂ ਆਮ ਪਰਿਵਾਰਾਂ 'ਚ ਉੱਠੇ ਹੋਏ ਲੋਕ ਹਾਂ, ਠੀਕ ਹੈ ਜੀ। ਮੇਰੇ ਫਾਦਰ ਸਾਹਿਬ ਨੇ ਐਕਸ ਆਰਮੀ ਮੈਨ ਨੇ ਅਤੇ ਮਾਤਾ ਮੇਰੇ ਯਾਨੀ ਕਿ ਹਾਲੇ ਵੀ ਅਸੀਂ ਚਾਹੇ ਪਰਮਾਤਮਾ ਨੇ ਬਹੁਤ ਤਰੱਕੀ ਦਿੱਤੀ ਅਸੀਂ ਉਸੇ ਪਿੰਡ 'ਚ ਉਸੇ ਘਰ 'ਚ ਰਹਿ ਰਹੇ ਹਾਂ। ਅਤੇ ਜਦੋਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ, ਜਦੋਂ ਕਿਸੇ ਆਮ ਘਰਾਣੇ ਦੇ ਵਿੱਚੋਂ
ਆਮ ਪਿੰਡਾਂ ਦੇ ਵਿੱਚੋਂ ਕਿਸੇ ਬੱਚੇ ਦਾ ਨਾਮ ਹੁੰਦਾ ਹੈ ਤਾਂ ਆਸੇ ਪਾਸੇ ਦੇ ਜਿਹੜੇ ਲੋਕ ਹੁੰਦੇ ਆ ਉਹਦੇ ਤੋਂ ਐਕਸਪੈਕਟੇਸ਼ਨਸ ਕਰਨ ਲੱਗ ਜਾਂਦੇ ਆ ਵੀ ਜੇ ਸਾਡਾ ਜਵਾਕ ਦਾ ਨਾਮ ਹੋਇਆ ਤਾਂ ਯਾਰ ਇਹ ਕਿਤੇ ਨਾ ਕਿਤੇ ਸਾਡੀ ਹੈਲਪ ਕਰੇ ਜਾਂ ਸਾਡੇ ਨਾਲ ਹੋਵੇ ਅਤੇ ਮੇਰੇ ਨਾਲ ਘੱਟੋ ਘੱਟ ਮੈਂ ਕਹਿੰਦਾ ਵੀ ਸਾਡਾ ਮਾਨਸਾ ਏਰੀਆ ਮਾਨਸਾ ਬਠਿੰਡਾ ਯਾਨੀ ਕਿ ਮੇਰੇ ਨਾਲ ਇੱਕ ਤਰੀਕੇ ਨਾਲ ਅਟੈਚਡ ਹੈ ਜਿਸ ਤਰੀਕੇ ਨਾਲ ਉਹ ਯਾਨੀ ਕਿ ਉਹਨਾਂ ਦਾ ਪਿਆਰ ਅਤੇ ਉਹਨਾਂ ਦੀਆਂ ਦੁਆਵਾਂ ਅਤੇ ਉਹਨਾਂ ਦੀਆਂ ਆਸਾਂ ਨੇ ਅਤੇ ਜਦੋਂ ਕਿਤੇ ਵੀ ਅਸੀਂ ਪਿੰਡੋਂ ਬਾਹਰ ਜਾਂਦੇ ਹਾਂ ਜਾਂ ਉਹ ਕਿਤੇ ਜਾਂਦੇ ਨੇ ਤਾਂ ਜਦੋਂ ਕਹਿੰਦੇ ਨੇ ਬਈ ਅਸੀਂ ਮਾਨਸਾ ਤੋਂ ਹਾਂ ਜਾਂ ਬਠਿੰਡੇ ਤੋਂ ਹਾਂ ਤਾਂ ਉਹ ਪ੍ਰਾਊਡ ਮਹਿਸੂਸ ਕਰਦੇ ਨੇ ਅਤੇ ਕਿਤੇ ਨਾ ਕਿਤੇ ਜਦੋਂ ਕਿਤੇ ਉਸ ਇਲਾਕੇ ਦੇ ਵਿੱਚ ਰਹਿੰਦੇ ਹਾਂ ਠੀਕ ਹੈ ਨਾ ਜਦੋਂ ਉੱਥੇ ਵਿਚਰਦੇ ਹਾਂ ਲੋਕਾਂ ਨਾਲ ਤਾਂ ਬਹੁਤ ਚੀਜ਼ਾਂ ਨੇ ਜਿਹੜੀਆਂ ਹਜੇ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਵੀ ਉਹ ਕਿਸ ਚੀਜ਼ਾਂ ਨਾਲ ਉਹ ਜੂਝ ਰਹੇ ਨੇ ਜਾਂ ਉਹਨਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਕੀ ਪ੍ਰੋਬਲਮ ਆ। ਹੋਰ ਪੰਜਾਬ ਬਹੁਤ ਤਰੱਕੀ ਕਰ ਗਿਆ, ਸਾਰੀ ਦੁਨੀਆ 'ਤੇ ਨਾਮ ਹੈ ਪੰਜਾਬ ਦਾ, ਪਰ ਸਾਡੇ ਮੈਂ ਕਹਿੰਦਾ ਮਾਨਸਾ ਦਾ ਐਸੀ ਤਰਾਸਦੀ ਹੈ ਵੀ ਉਹ ਕਦੇ ਅੱਗੇ ਨਹੀਂ ਆ ਸਕਿਆ। ਮੇਰਾ ਕੋਈ ਪੋਲੀਟਿਕਸ ਦੇ ਵਿੱਚ ਆਉਣ ਦਾ ਕੋਈ ਲੰਮਾ ਚੌੜਾ ਰੁਝਾਨ ਇਹ ਨਹੀਂ ਹੈਗਾ ਵੀ ਮੈਂ ਕੋਈ ਰੁਤਬੇ ਖਾਤਰ ਜਾਂ ਕੋਈ ਵਾਹਵਾਹੀ ਖਾਤਰ ਇਸ ਫੀਲਡ ਦੇ ਵਿੱਚ ਆ ਰਿਹਾ। ਮੇਰਾ ਸਿਰਫ ਇੱਕੋ ਹੀ ਹੈ ਕਿ ਮੇਰੇ ਨਾਲ ਕੁਛ ਕੁ ਲੋਕ ਜੁੜੇ ਨੇ, ਮੇਰੇ ਨਾਲ ਇੱਕ ਖਿੱਤਾ ਜੁੜਿਆ ਹੋਇਆ ਅਤੇ ਉਹ ਖਿੱਤਾ ਮੇਰੇ ਤੋਂ ਆਸ ਰੱਖਦਾ ਅਤੇ ਸਿਸਟਮ ਦੇ ਵਿੱਚ ਸਿਸਟਮ ਨੂੰ ਚੇਂਜ ਕਰਨ ਦੇ ਲਈ ਜਾਂ ਸਿਸਟਮ ਦੇ ਵਿੱਚ ਉਹਨੂੰ ਇੰਪਰੂਵ ਕਰਨ ਦੇ ਲਈ ਸਿਸਟਮ ਦਾ ਹਿੱਸਾ ਬਣਨਾ ਬਹੁਤ ਜ਼ਰੂਰੀ ਹੈ ਅਤੇ ਮੇਰੇ ਲਈ ਸਭ ਤੋਂ ਵੱਡੀ ਜਿਹੜੀ ਉਹ ਯਾਨੀ ਕਿ ਉਹ ਜ਼ਰੂਰਤ ਸੀ ਉਹ ਮੈਂ ਇਸ ਪਾਰਟੀ ਥਰੂ ਯਾਨੀ ਕਿ ਆਪਣੇ ਲੋਕਾਂ ਦੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰ ਰਿਹਾ। ਅਤੇ ਰੀਜ਼ਨ ਇਸ ਪਾਰਟੀ ਦਾ ਕਿ ਮੈਂ ਕਾਂਗਰਸ ਹੀ ਕਿਉਂ ਜੁਆਇਨ ਕੀਤੀ ਉਹਦਾ ਇੱਕ ਬਹੁਤ ਵੱਡਾ ਅਤੇ ਇੱਕ ਖਾਸ ਰੀਜ਼ਨ ਹੈ। ਪਹਿਲੀ ਗੱਲ ਇਹ ਜਿਹੜੀ ਪੰਜਾਬ ਕਾਂਗਰਸ ਹੈ ਜਾਂ ਕਾਂਗਰਸ ਹੈ ਇਹਦੇ ਵਿੱਚ ਉਹੋ ਜਿਹੇ ਲੋਕ ਨੇ ਜਿਹੜੇ ਆਮ ਘਰਾਂ ਦੇ ਵਿੱਚ ਉੱਠੇ ਹੋਏ ਨੇ। ਫੋਰ ਐਗਜ਼ਾਮਪਲ ਰਾਜਾ ਬਾਈ, ਅੱਜ ਤੋਂ 10 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਇਹਨਾਂ ਦਾ ਬੈਕਗਰਾਊਂਡ ਚੈੱਕ ਕਰੋ ਤੁਸੀਂ ਕਿ ਕਿੱਥੋਂ ਆਏ ਨੇ ਅਤੇ ਕਿਵੇਂ ਸਟਰਗਲ ਕਰਕੇ। ਮੇਨ ਰੀਜ਼ਨ ਇਹ ਹੈ ਵੀ ਇਹਦੇ ਵਿੱਚ ਆਮ ਲੋਕਾਂ ਦੀ ਯਾਨੀ ਕਿ ਕੋਈ ਵੀ ਬੰਦਾ ਜਿਹੜਾ ਮਿਹਨਤਕਸ਼ ਆਦਮੀ ਹੈ ਜੋ ਮਿਹਨਤ ਕਰਦਾ ਉਹਦੀ ਆਵਾਜ਼ ਉਹ ਬੁਲੰਦ ਕਰ ਸਕਦਾ ਅਤੇ ਉਹ ਪ੍ਰੋਗਰੈਸ ਕਰ ਸਕਦਾ। ਖਿੱਤਿਆਂ ਤੋਂ ਘਰਾਣਿਆਂ ਤੋਂ ਉੱਪਰ ਉੱਠ ਕੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਆਪਣੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕੀਏ। ਸੋ ਮੇਰਾ ਇਹੀ ਰੀਜ਼ਨ ਸੀ ਇਸ ਚੀਜ਼ ਵਿੱਚ ਆਉਣ ਦਾ ਅਤੇ ਬਾਕੀ ਮੈਂ ਪੰਜਾਬ ਦੇ ਲੋਕਾਂ ਨੂੰ ਅਤੇ ਦੁਨੀਆ ਜਿੰਨੀ ਵੀ ਮੈਨੂੰ ਪਿਆਰ ਕਰਦੀ ਆ ਮੈਂ ਉਮੀਦ ਕਰਦਾ ਜਿਵੇਂ ਕਿ ਮੈਨੂੰ ਮਿਊਜ਼ਿਕ ਦੇ ਵਿੱਚ ਤੁਸੀਂ ਆਸ਼ੀਰਵਾਦ ਅਤੇ ਪਿਆਰ ਦਿੱਤਾ ਤਾਂ ਮੈਨੂੰ ਆਸ਼ੀਰਵਾਦ ਦਿਉਂਗੇ ਕਿ ਮੈਂ ਆਮ ਲੋਕਾਂ ਦਾ ਸਹਾਰਾ ਬਣ ਸਕਾਂ। ਸਤਿ ਸ਼੍ਰੀ ਅਕਾਲ। ਨਾ ਤੂੰ ਫੇਰ ਝੰਡਾ ਚੁੱਕ ਲਿਆ, ਤੂੰ ਪੰਜੇ ਵਾਲਾ ਝੰਡਾ ਚੁੱਕੀ ਰੱਖਿਆ ਤੇ ਹੁਣ ਕੇਸਰੀ ਚੁੱਕ ਲਿਆ। ਮੂਰਖ ਸਾਂ ਮੈਂ, ਕਮਲਾ ਹੋ ਗਿਆ ਸਾਂ, ਝੂਠੇ ਲਾਰਿਆਂ ਵਿੱਚ ਫਸ ਗਿਆ ਸੀ ਮੈਂ। ਕਹਿੰਦੇ ਸੀ ਸਾਰੇ ਕਰਜ਼ੇ ਮਾਫ ਕਰ ਦਿਆਂਗੇ, ਸਹੂਲਤਾਂ ਮਿਲਣਗੀਆਂ। ਮਿਲ ਗਈਆਂ ਫੇਰ। ਸਵਾ, ਕਰਜ਼ਾ ਮਾਫ ਕਰਨਾ ਤੇ ਦੂਰ, ਨਾਲ ਦਾ ਖੇਤ ਵੀ ਬੈਂਕ ਵਾਲੇ ਲੈ ਗਏ। ਆੜ੍ਹਤੀ ਦੇ ਤਰਲੇ ਕਰ ਕਰਕੇ ਮਸਾਂ ਇੱਕ ਛੋਟਾ ਖੇਤ ਬਚਿਆ। ਇਹਦੇ ਨਾਲੋਂ ਤਾਂ ਬਾਦਲ ਕਿਤੇ ਚੰਗੇ ਸੀ। ਹਾਂ, ਉਹ ਗਰੀਬਾਂ ਬਾਰੇ ਸੋਚਦਾ ਸੀ। 200 ਯੂਨਿਟ ਬਿਜਲੀ ਦੇ ਫ੍ਰੀ ਸੀ, ਆਟਾ ਦਾਲ ਪੈਨਸ਼ਨ ਸਭ ਟਾਈਮ ਸਿਰ ਮਿਲ ਜਾਂਦਾ ਸੀ। ਆਪਣੀ ਜੋਤੀ ਦੇ ਵਿਆਹ ਦਾ ਸ਼ਗਨ ਵੀ ਤੇ ਝਟਪਟ ਹੀ ਮਿਲ ਗਿਆ ਸੀ। ਸਿਹਤ ਬੀਮਾ ਸੀ, ਪਿੰਡਾਂ ਦੀ ਨੁਹਾਰ ਬਦਲਣ ਲਈ ਖੁੱਲੇ ਗ੍ਰਾਂਟਾਂ ਦੇ ਗੱਫੇ, ਬਥੇਰਾ ਕੁਝ ਹੋਇਆ। ਹੁਣ ਕਰੀਏ ਕੀ? ਕਰਨਾ ਕੀ ਹੈ? ਐਤਕੀ ਉਹਦੀ ਬਾਂਹ ਫੜਨੀ ਹੈ ਜਿਹੜਾ ਸਮਝੇ ਸਾਡੇ ਦਰਦਾਂ ਨੂੰ।